ਸਤਿ ਸ਼੍ਰੀ ਅਕਾਲ ਜੀ ਐਮਐ 7 ਟੀਵੀ ਤਰਫੋਂ ਇੱਕ ਵਾਰੀ ਫੇਰ ਦੋਸਤਾਂ ਦੀ ਖਿਦਮਤ ਵਿੱਚ ਹਾਜ਼ਰ ਹਾਂ ਜੀ ਦੋਸਤੋ ਅੱਜ ਪਪੀਤੇ ਦੇ ਕੁਝ ਪੌਦੇ ਦਿਖਾਣੇ ਆ ਤੁਹਾਨੂੰ ਕਹਿੰਦੇ ਆ ਕਿ ਹਾਈਬ੍ਰਿਡ ਪਪੀਤਾ ਜਿਹੜਾ ਹੈ ਨਾ ਇਹਨੂੰ ਫਰੂਟ ਬਹੁਤ ਜ਼ਿਆਦਾ ਲੱਗਦਾ ਤੇ ਜਿਹੜਾ ਦੇਸੀ ਪਪੀਤਾ ਹੈਗਾ ਇਹਨੂੰ ਫਰੂਟ ਬਹੁਤ ਘੱਟ ਲੱਗਦਾ ਇਸ ਲਈ ਲੋਕ ਜ਼ਿਆਦਾਤਰ ਹਾਈਬ੍ਰਿਡ ਜਿਹੜਾ ਪਪੀਤਾ ਨਾ ਉਕਾਸ਼ਤ ਕਰਦੇ ਆ ਤੇ ਸਾਡੇ ਕੋਲ ਕਿਉਂਕਿ ਪਿਓਰ ਪਾਕਿਸਤਾਨੀ ਦੇਸੀ ਪਪੀਤਾ ਸਿਕਾਸ਼ ਕੀਤਾ ਤੇ ਇਹਦੇ ਵਿੱਚ ਕੁਝ ਪੌਦੇ ਬੜੇ ਵੀ ਹੈ ਤੇ ਕੁਝ ਪੌਦੇ ਛੋਟੇ ਵੀ ਹੈ ਉਮਰ ਤੇ ਇਹਨਾਂ ਦੀ ਬਰਾਬਰ ਹੈ ਲੇਕਿਨ ਵੈਸੇ ਕੁਝ ਛੋਟੇ بڑے ਪੌਦੇ ਵਿੱਚ ਹੋ ਗਏ ਆ ਜਿਹੜਾ ਸਭ ਤੋਂ بڑا ਪੌਦਾ ਹੈ ਜਾਂ ਜਿਹਨੂੰ ਸਭ ਤੋਂ ਜ਼ਿਆਦਾ ਫਰੂਟ ਨਜ਼ਰ ਆ ਰਿਹਾ ਹੈ ਨਾ ਜੀ ਇਹਦੇ ਦਾਣੇ ਦੋਸਤਾਂ ਨੂੰ ਗਿਣ ਕੇ ਦਿਖਾਉਣੇ ਆ ਵੀ ਇਹ ਤਕਰੀਬਨ ਇਹਨੂੰ ਕਿੰਨੇਕ ਦਾਣੇ ਲੱਗੇ ਹੋਏ ਆ ਬਿਸਮਿਲ੍ਲਾਹਿਰਹਮਾਨਿਰਹੀਮ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70 71 72 73 74 75 76 77 78 79 90 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70 71 72 73 74 75 76 77 78 79 90 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 56 57 58 59 60 61 62 63 64 65 56 57 58 59 40 41 42 43 44 45 46 57 58 59 60 61 62 63 64 65 57 58 59 40 41 42 43 44 45 46 57 58 59 60 61 62 63 64 65 57 58 59 40 41 42 43 44 45 46 57 58 59 60 61 62 63 64 65 57 58 59 40 41 42 43 44 45 46 57 58 59 60 61 62 63 64 65 57 58 59 40 41 42 43 44 45 46 57 58 59 60 61 62 63 64 65 57 58 59 40 41 42 43 44 45 46 57 58 59 60 61 62 63 64 65 57 58 59 40 41 42 43 44 45 46 57 58 59 60 61 62 63 56 57 58 59 60 62 ਜਿਹੜੀ ਦੂਜੀ ਸਾਈਡ ਤੇ ਵੀ ਥੋੜੀ ਜਿਹੀ ਨਜ਼ਰ ਮਾਰ ਲਈਏ ਜਿਹੜੀ ਅੰਦਰ ਸਾਈਡ ਤੇ ਕੁਝ ਰਹਿ ਗਏ 62 63 64 65 66 67 68 69 70 71 72 73 74 75 76 77 78 79 80 81 82 83 84 85 86 87 88 89 90 ਇਸ ਤੋਂ ਉੱਤੇ ਫੁੱਲ ਆ ਰਿਹਾ ਔਰ ਦਾਣੇ ਬਣ ਰਹੇ ਆ ਇਹ ਕਮਜ਼ ਕਮ ਫੁੱਲਾਂ ਸਮੇਤ ਜਿਹੜੇ ਉੱਤੇ ਬਣ ਰਹੇ ਹਨ ਟੋਟਲ ਅਗਰ ਇਹਨੂੰ ਦੇਖੇ ਤੇ 100 ਦਾਣੇ ਲੱਗਾ ਹੋਇਆ ਜੀ ਬਾਕੀ ਹੁਣ ਇਹਦੇ ਵਿੱਚ ਇਹ ਹੈ ਕਿ ਇਹ 100 ਦੇ ਵਿੱਚੋਂ ਕੁਝ ਦਾਣੇ ਖਰਾਬ ਵੀ ਹੋ ਸਕਦੇ ਆ ਥੋੜੇ ਬਹੁਤ ਕੋਈ ਜ਼ਾਇਆ ਵੀ ਹੋ ਸਕਦੇ ਆ ਤੇ ਬਾਕੀ ਜਿਹੜਾ ਇਹਨਾਂ ਦਾ ਵਜ਼ਨ ਹੈਗਾ ਦਾਣਿਆਂ ਦਾ ਉਹ ਤੇ ਖਾਦ ਖੁਰਾਕ ਤੇ ਬੜਨਾ ਤੁਸੀਂ ਇਹਨੂੰ ਅਗਰ ਖਾਦ ਖੁਰਾਕ ਠੀਕ ਦੇ ਰਹੇ ਹੋ ਪੋਟਾਸ਼ ਪਾ ਰਹੇ ਹੋ ਜ਼ਿੰਕ ਪਾ ਰਹੇ ਹੋ ਸਲਫਰ ਪਾ ਰਹੇ ਹੋ ਹੈਡਲੈਂਡ ਮਲਟੀ ਦੀ ਸਪਰੇਅ ਕਰ ਰਹੇ ਹੋ ਜ਼ਿੰਕ ਦੀ ਸਪਰੇਅ ਕਰ ਰਹੇ ਹੋ ਅਗਰ ਇਹਨੂੰ ਖੁਰਾਕ ਪੂਰੀ ਦੇ ਰਹੇ ਹੋ ਤੇ ਯਕੀਨ 2-2 ਕਿਲੋ ਦਾ ਦਾਣਾ ਤੇ ਆਮ ਗੱਲ ਆ 2 ਕਿਲੋ ਦਾ ਦਾਣਾ ਤੇ ਆਮ ਗੱਲ ਆ ਅਗਰ 2 ਕਿਲੋ ਦਾ ਦਾਣਾ ਹੋ ਗਿਆ ਤੁਸੀਂ ਹਿਸਾਬ ਲਾਓਗੇ ਅਗਰ 100 ਦਾਣਾ ਹੈ ਇੱਕ ਸੀਜ਼ਨ ਦੇ ਵਿੱਚ ਅਗਰ 100 ਜਾਂ 120 ਦਾਣਾ ਅਗਰ ਪਾਲ ਜਾਂਦਾ ਜਦਕਿ ਹਲੇ ਉੱਤੇ ਫੁੱਲ ਆ ਰਿਹਾ ਜਿਵੇਂ ਜਿਵੇਂ ਪੌਦਾ ਉੱਤੇ ਨੂੰ ਜਾ ਰਿਹਾ ਉੱਤੇ ਉੱਤੇ ਫੁੱਲ ਆ ਰਿਹਾ ਅਗਰ 100 ਦਾਣਾ ਵੀ ਮੈਕਸਿਮਮ ਹੋ ਜੇ ਤਿਆਰ ਤੇ ਜੇ 2 ਕਿਲੋ ਲਾਣਾ ਹੋਵੇ ਤੇ 200 ਕਿਲੋ ਵਜ਼ਨ ਬਣਦਾ ਹੈ। ਡੇਢ ਕਿਲੋ ਦਾ ਹੋਵੇ ਤੇ 1.5 ਕਿਲੋ ਬਣਦਾ ਹੈ। ਤੇ ਇਹ ਹਿਸਾਬ ਤੁਸੀਂ ਲਾ ਲਓ ਕੋ ਪੇਟੀ ਚ 10 ਕਿਲੋ 10.5 ਕਿਲੋ 11 ਕਿਲੋ ਵਜ਼ਨ ਹੁੰਦਾ ਹੈ। ਤੁਸੀਂ ਜਿੱਥੋਂ ਮਰਜ਼ੀ ਪਪੀਤੇ ਦੀ ਪੇਟੀ ਲੈ ਕੇ ਦੇਖ ਲਓ ਵਜ਼ਨ। ਪਪੀਤੇ ਦਾ ਵਜ਼ਨ 10 ਕਿਲੋ ਹੋਏਗਾ ਜਾਂ 10.5 ਕਿਲੋ ਹੋਏਗਾ। ਪੇਟੀ 1500 1800 2000 ਇਹ ਰੇਟ ਹੋਏਗਾ ਤੇ ਹਾਈਬ੍ਰਿਡ ਜਿਹੜਾ ਹੈ ਜੀ ਉਹਦਾ ਉਹਦਾ ਤਾਂ ਸੀਡ ਬੜਾ ਮਹਿੰਗਾ ਦੇ ਰਹੇ ਆ ਤੇ ਜੇ ਉਹਦੀ ਨਸਲੀ ਦਾ ਪਤਾ ਕਰੋ ਉਹ ਵੀ ਬੜੀ ਮਹਿੰਗੀ ਦੇ ਰਹੇ ਆ। ਦੇਸੀ ਆਪਣੀ ਪਾਕਿਸਤਾਨੀ ਵੈਰਾਈਟੀ ਆ ਇਹ ਹੈ ਵੀ ਸਸਤੀ ਪੈਂਦੀ ਆ ਪੇਟੀ ਇੱਕ ਫੈਸਲਾ ਬੱਦੋ ਜਾਂ ਕਿਤੋਂ ਵੀ ਤੁਸੀਂ ਲਿਆ ਕੇ ਖਾਓ ਤੇ ਸੀਡ ਕੱਢ ਕੇ ਆਪਣੀ ਪਨੀਰੀ ਲਾਓ ਤੇ ਆਪਣੇ ਪੌਦੇ ਬਣਾਓ ਇਨਸ਼ਾਅੱਲਾ ਇਹ ਤੇ ਮਿਹਨਤ ਕਰੋ ਤੁਹਾਨੂੰ ਬੜਾ ਮਜ਼ਾ ਆਏਗਾ ਬਹੁਤ ਅੱਛਾ ਫਰੂਟ ਤੇ ਬਹੁਤ ਫਰੂਟ ਲੱਗ ਰਿਹਾ ਅੱਗੋਂ ਇਹਨੂੰ ਸੰਭਾਲਣਾ ਤੇ ਤੁਸੀਂ ਆਪ ਹੀ ਨਾ ਜੀ ਜਿਹੜੀ ਇਹਦੀ ਉਹ ਗੱਲ ਆ ਜਾਂਦੀ ਖਾਦ ਖੁਰਾਕ ਪੂਰੀ ਕਰੋਗੇ ਤੇ ਇਨਸ਼ਾਅੱਲਾ ਮਜ਼ਾ ਆਏਗਾ ਇਹ ਅੱਜ ਦੋਸਤਾਂ ਨੂੰ ਇਹੀ ਦਿਖਾਣਾ ਸੀ ਕਿ ਦੇਸੀ ਪੌਦੇ ਨੂੰ ਫਰੂਟ ਦੀ ਕੀ ਕੰਡੀਸ਼ਨ ਆ ਕਿੰਨਾ ਕੁ ਲੱਗਦਾ ਇਹ ਪੌਦਾ ਹਲੇ ਸਾਡਾ ਸਮਝੋ ਕਿ ਪਹਿਲੇ ਸਾਲ ਦਾ ਫਾਲਾ ਇਹ ਤੇ ਪਹਿਲੇ ਸਾਲ ਦੇ ਵਿੱਚ ਇਹ ਕੰਡੀਸ਼ਨ ਹੈ ਜਿਹੜੀ ਦੋਸਤਾਂ ਨੂੰ ਦਿਖਾ ਰਹੇ ਹਾਂ ਦੋਸਤੋ ਅਗਲੀ ਵੀਡੀਓ ਚ ਫੇਰ ਮਿਲਦੇ ਹਾਂ ਉਦੋਂ ਤੱਕ ਲਈ ਅੱਲਾਹ ਹਾਫਿਜ਼ ਫੇਰ ਗੱਪਸ਼ਪ ਲਾਵਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦਬਾ ਦਿਓ ਇਨਸ਼ਾਅੱਲਾ ਜ਼ਿੰਦਗੀ ਲਈ ਤੇ ਫੇਰ ਮਿਲਦੇ ਹਾਂ ਪਾਕਿਸਤਾਨ ਜ਼ਿੰਦਾਬਾਦ